YouTube ਸਟੱਡੀ ਪਰਿਵਾਰ ਸਤਿ ਸ਼੍ਰੀ ਅਕਾਲ। ਪੰਜਾਬ ਸਿੰਘ ਦੇ ਚੈਨਲ 'ਤੇ ਤੁਹਾਡਾ ਸਭ ਦਾ ਇੱਕ ਵਾਰ ਫਿਰ ਤੋਂ ਜੀ ਆਇਆਂ ਨੂੰ। ਜਿਵੇਂ ਕਿ ਅਸੀਂ ਪਿਛਲੀ ਵੀਡੀਓ ਪਾਈ ਸੀਗੀ, ਤੁਸੀਂ ਉਸਨੂੰ ਕਾਫੀ ਪਸੰਦ ਕੀਤਾ ਅਤੇ ਅਸੀਂ ਉਸੇ ਢੰਗ ਦੇ ਨਾਲ ਤੁਹਾਨੂੰ ਤਿਆਰੀ ਕਰਵਾਵਾਂਗੇ। ਅਤੇ ਅਗਲੀ ਗੱਲ ਕਰਨ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਦੇਖੋ ਜੀ, ਹਰ ਰੋਜ਼ ਤੁਹਾਡੇ ਅਸੀਂ 5-7 ਮਿੰਟ ਵੱਧ ਤੋਂ ਵੱਧ ਨਹੀਂ ਮਤਲਬ 3-4 ਕਰਵਾ ਸਕਦੇ ਹਾਂ ਜੀ। ਮਤਲਬ ਢੰਗ ਇਸ ਤਰ੍ਹਾਂ ਦੇ ਲੈ ਕੇ ਆਵਾਂਗੇ, ਤੁਹਾਡੀ ਜ਼ਿੰਦਗੀ ਦੇ 2-4 ਮਿੰਟ 5-7 ਮਿੰਟ ਦਿੱਤੇ ਤੁਹਾਡੇ ਹੀ ਕੰਮ ਆਉਣਗੇ ਜੀ। ਅਤੇ ਮਤਲਬ ਕਹਿਣ ਦਾ ਭਾਵ ਕੀ ਹੈ ਕਿ ਜਦੋਂ ਵੀਡੀਓ ਦੇਖਦੇ ਉਹਨਾਂ ਨੂੰ ਧਿਆਨ ਨਾਲ ਦੇਖਿਆ ਕਰੋ। ਹੁਣ ਜਿਹੜਾ ਸਾਡਾ ਇਹ ਮਕਸਦ ਹੈ, ਇਸ ਤਰ੍ਹਾਂ ਦੀ ਵੀਡੀਓ ਲੈ ਕੇ ਆਵਾਂਗੇ ਅਸੀਂ, ਸਟੱਡੀ ਵਿਦ ਟ੍ਰਿਕਸ ਦੇ ਨਾਲ ਲੈ ਕੇ ਆਇਆ ਕਰਾਂਗੇ ਵੀਡੀਓ। ਹਾਂ, ਅਤੇ ਬਾਕੀ ਜਿਹੜੀ ਵਿਆਖਿਆ ਦੇ ਵਿੱਚ ਵੀਡੀਓ ਲੈ ਕੇ ਆਉਣੀ ਉਹ ਅਲੱਗ ਪਾਇਆ ਕਰਾਂਗੇ ਅਸੀਂ। ਅਤੇ ਵੱਧ ਤੋਂ ਵੱਧ ਪਹਿਲੀ ਗੱਲ ਤਾਂ ਇਹ ਹੈ ਕਿ ਤੁਸੀਂ ਸਾਂਝ ਬਣਾਇਆ ਕਰੋ, ਜੇ ਤੁਹਾਨੂੰ ਚੰਗਾ ਲੱਗਦਾ ਨਾ ਕਮੈਂਟ ਕਰਿਆ ਕਰੋ ਹੇਠਾਂ। ਇੱਕ ਹੋਰ ਜਿਹੜੀ ਹੁਣ ਅਸੀਂ ਗੱਲ ਕਰਿਆ, ਇਤਿਹਾਸ ਨਾਲ ਸੰਬੰਧਿਤ ਕੋਈ ਵੀ ਤੁਹਾਡੀ ਸਮੱਸਿਆ, ਪੋਲੀਟੀਕਲ ਨਾਲ, ਰਾਜਨੀਤੀ ਨਾਲ ਸੰਬੰਧਿਤ, ਬਾਕੀ ਪੰਜਾਬੀ ਨਾਲ ਸੰਬੰਧਿਤ, ਇਹ ਅਸੀਂ ਹਰ ਸਮੱਸਿਆ ਦੀ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ ਜੀ। ਜਿਵੇਂ ਕਿ ਸਾਨੂੰ ਪਤਾ ਕਿ ਬੜੇ ਲੇਖਕ ਹੋਏ ਆ ਨਾ, ਅਤੇ ਲੇਖਕਾਂ ਦੀਆਂ ਬੜੀਆਂ ਕਿਤਾਬਾਂ ਲਿਖੀਆਂ ਨੇ ਉਹਨਾਂ ਨੇ ਬਹੁਤ, ਅਤੇ ਬੜੀਆਂ ਉਹਨਾਂ ਦੀ ਮਤਲਬ ਰਚਨਾਵਾਂ ਨੇ, ਉਹ ਰਚਨਾਵਾਂ ਨੂੰ ਕਿਵੇਂ ਯਾਦ ਕਰਨਾ, ਚਾਹੇ ਕੋਈ ਕਵੀ ਆ, ਚਾਹੇ ਕਹਾਣੀਕਾਰ ਆ, ਚਾਹੇ ਨਾਟਕਕਾਰ ਆ, ਅਸੀਂ ਕੋਸ਼ਿਸ਼ ਕਰਾਂਗੇ ਕਿ ਉਹਨਾਂ ਨੂੰ ਇੱਕ ਢੰਗ ਦੇ ਨਾਲ ਤੁਹਾਨੂੰ ਯਾਦ ਕਰਵਾਈਏ। ਬਹੁਤਾ ਸਮਾਂ ਨਹੀਂ ਲੈਂਦੇ, ਅੱਜ ਅਸੀਂ ਜਿਹੜੀ ਸ਼ੁਰੂਆਤ ਕਰਨੀ ਆ, ਉਹ ਸ਼ੁਰੂਆਤ ਕਰਨ ਤੋਂ ਪਹਿਲਾਂ ਦੱਸ ਦਈਏ ਕਿ ਜੇ ਤੁਸੀਂ ਸਾਡੇ ਚੈਨਲ 'ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਦੇ ਜਿਹੜੇ ਇੱਕ ਸਾਈਡ 'ਤੇ ਬਟਨ ਦਿੱਤਾ ਹੋਇਆ ਜੀ ਸਬਸਕ੍ਰਾਈਬ, ਉਹਨੂੰ ਜ਼ਰੂਰ ਟੱਚ ਕਰਿਆ ਕਰੋ, ਸੂਹਿਆ ਕਰੋ, ਅਤੇ ਨਾਲ ਦੀ ਨਾਲ ਘੰਟੀ ਵਾਲੀ ਘੰਟੀ ਖੜਕਾ ਦਿਆ ਕਰੋ। ਕਹਿਣ ਦਾ ਮਤਲਬ ਕੀ ਹੈ ਕਿ ਜਦੋਂ ਫਿਰ ਕੋਈ ਅਸੀਂ ਨਵੀਂ ਵੀਡੀਓ ਪਾਵਾਂਗੇ ਨਾ, ਉਹ ਤੁਹਾਨੂੰ ਉਹਦੇ ਬਾਰੇ ਜਾਣਕਾਰੀ ਮਿਲ ਜਾਇਆ ਕਰੋ ਜੀ। ਬਹੁਤਾ ਸਮਾਂ ਨਹੀਂ ਲੈਂਦੇ, ਸ਼ੁਰੂਆਤ ਕਰਦੇ ਹਾਂ ਨਾਨਕ ਸਿੰਘ, ਜਿਹੜਾ ਉਹਨਾਂ ਦੀ ਕਹਾਣੀ ਸੰਗ੍ਰਹਿ ਦੀ ਗੱਲ ਕਰਾਂਗੇ ਅੱਜ। ਕਹਾਣੀਕਾਰ ਦੇ ਤੌਰ 'ਤੇ ਵੈਸੇ ਉਹਨਾਂ ਨੇ ਨਾਵਲ ਵੀ ਲਿਖੇ ਆ, ਕੁਝ ਕਵਿਤਾ ਸੰਗ੍ਰਹਿ ਵੀ ਤੇ, ਪਰ ਅਸੀਂ ਗੱਲ ਕੀ ਕਰਨੀ ਆ ਅੱਜ, ਸਿਰਫ ਨਾਨਕ ਸਿੰਘ ਦੀ ਕਹਾਣੀ ਸੰਗ੍ਰਹਿ ਬਾਰੇ ਗੱਲ ਕਰਾਂਗੇ। ਇੱਕ ਨਿੱਕੀ ਜਿਹੀ ਬਸ 2-4 ਲਾਈਨਾਂ ਨੇ, ਉਹਦੇ ਵਿੱਚ ਤੁਹਾਨੂੰ ਸਾਰੇ ਕਹਾਣੀ ਸੰਗ੍ਰਹਿ ਤੁਹਾਡੇ ਯਾਦ ਹੋ ਜਾਣਗੇ। ਧਿਆਨ ਦਿਓ ਜੀ, ਜਿਹੜਾ ਯਾਦ ਕਰਨ ਦਾ ਅਨੋਖਾ ਢੰਗ ਹੈ, ਸਕਰੀਨ 'ਤੇ ਤੁਸੀਂ ਦੇਖ ਰਹੇ ਹੋ, ਨਾਲ ਦੀ ਨਾਲ ਦੇਖੋਗੇ ਵੀ, ਅਤੇ ਅਸੀਂ ਤੁਹਾਨੂੰ ਜਿਹੜੀ ਇਹ ਟ੍ਰਿਕ ਉਹ ਕਰਨੀ ਗਰੁੱਪ ਦੇ ਵਿੱਚ ਭੇਜਿਆ ਕਰਾਂਗੇ ਜੀ। ਹਾਂਜੀ, ਸੁਣਿਓ ਧਿਆਨ ਨਾਲ। ਨਾਨਕ ਸਿੰਘ ਨੇ ਤਸਵੀਰ ਦੇ ਦੋਵੇਂ ਪਾਸੇ, ਹਾਂਜੀ ਜਦੋਂ ਦੇਖਿਓ ਜਿਹੜੀਆਂ ਵੀ ਬ੍ਰੈਕਟ ਦੇ ਵਿੱਚ ਦਿੱਤੇ ਹੋਏ ਸ਼ਬਦ ਨੇ ਉਹ ਕਹਾਣੀ ਸੰਗ੍ਰਹਿਆਂ ਦੇ ਨਾਂ ਨੇ, ਇਹ ਗੱਲ ਦਾ ਧਿਆਨ ਰੱਖਿਓ। ਸ਼ੁਰੂਆਤ ਕਰਨ ਲੱਗਿਆ ਸੀ, ਨਾਨਕ ਸਿੰਘ ਨੇ ਤਸਵੀਰ ਦੇ ਦੋਵੇਂ ਪਾਸੇ ਸੁਨਹਿਰੀ ਜਲਤ ਜੜ ਕੇ ਫਿਰ ਭੂਆ ਪਿੰਡ ਠੰਡੀਆਂ ਸਾਵਾਂ ਮਾਣਦਿਆਂ ਤਾਂਸ ਦੀ ਆਦਤ ਪਾ ਲਈ ਉੱਥੋਂ ਉਹ ਸਦਰਾਂ ਅਤੇ ਹੰਝੂਆਂ ਦੇ ਹਾਰ, ਇਹ ਅਲੱਗ ਅਲੱਗ ਕਹਾਣੀ ਸੰਗ੍ਰਹਿ ਨੇ ਜੀ, ਇੱਕ ਸਦਰਾਂ ਦੇ ਹਾਰ, ਇੱਕ ਹੰਝੂਆਂ ਦੇ ਹਾਰ, ਤਾਂ ਹੀ ਅਸੀਂ ਇੱਥੇ ਇਕੱਠੇ ਰੱਖ ਲਏ, ਸਦਰਾਂ ਅਤੇ ਹੰਝੂਆਂ ਦੇ ਹਾਰ। ਤਾਂਸ ਦੀ ਆਦਤ ਪਾ ਲਈ ਉੱਥੋਂ ਉਹ ਸਦਰਾਂ ਅਤੇ ਹੰਝੂਆਂ ਦੇ ਹਾਰ ਲੈ ਕੇ ਅਖੀਰ ਸਵਰਗ ਅਤੇ ਉਸਦੇ ਵਾਰਸ ਲੱਭਣ ਤੁਰ ਪਿਆ। ਹਾਂਜੀ, ਸਾਰੀ ਮਤਲਬ ਇਸ ਟ੍ਰਿਕ ਨੂੰ ਇੱਕ ਵਾਰੀ ਧਿਆਨ ਨਾਲ ਦੁਬਾਰਾ ਫਿਰ ਸੁਣ ਲਓ ਜੀ। ਨਾਨਕ ਸਿੰਘ ਨੇ ਤਸਵੀਰ ਦੇ ਦੋਵੇਂ ਪਾਸੇ ਸੁਨਹਿਰੀ ਜਲਤ ਜੜ ਕੇ ਫਿਰ ਭੂਆ ਪਿੰਡ ਠੰਡੀਆਂ ਸਾਵਾਂ ਮਾਣਦਿਆਂ ਤਾਂਸ ਦੀ ਆਦਤ ਪਾ ਲਈ ਉੱਥੋਂ ਸਦਰਾਂ ਅਤੇ ਹੰਝੂਆਂ ਦੇ ਹਾਰ ਲੈ ਕੇ ਅਖੀਰ ਸਵਰਗ ਅਤੇ ਉਸਦੇ ਵਾਰਸ ਲੱਭਣ ਤੁਰ ਪਿਆ। ਹਾਂਜੀ, ਬਸ ਇੱਕ ਬੇਨਤੀ ਹੈ, ਜੇ ਤੁਹਾਨੂੰ ਚੰਗਾ ਲੱਗਿਆ ਤਾਂ ਕਮੈਂਟ ਹੇਠਾਂ ਜ਼ਰੂਰ ਦਿਓ, ਅਤੇ ਬਾਕੀ ਨਾਲ ਜਿਹੜੀ ਤੁਹਾਡੀ ਮੰਗ ਤੁਸੀਂ ਲੱਗ ਰਿਹਾ ਤੁਹਾਨੂੰ ਇਹ ਯਾਦ ਕਰਨ ਦੇ ਵਿੱਚ ਮੁਸ਼ਕਲ ਆ ਰਹੀ ਆ, ਜ਼ਰੂਰ ਦੱਸਿਓ, ਅਸੀਂ ਕੋਸ਼ਿਸ਼ ਕਰਾਂਗੇ ਉਸੇ 'ਤੇ ਵੀਡੀਓ ਲੈ ਕੇ ਆਵਾਂਗੇ, ਕਹਾਣੀਕਾਰ ਕਵੀ ਹੋ ਗਏ ਜਿੰਨੇ ਵੀ। ਅਤੇ ਅੱਜ ਦਾ ਜਿਹੜਾ ਤੁਸੀਂ ਇੰਨਾ ਕੁ ਸਮਾਂ ਦਿੱਤਾ, ਤਕਰੀਬਨ ਤੁਹਾਡੇ 4-5 ਮਿੰਟ ਲਏ ਆ ਜੀ ਅਸੀਂ, ਅਤੇ ਇਹ ਤੁਹਾਡੇ ਹੀ ਉਪਯੋਗੀ, ਤੁਹਾਡੇ ਹੀ ਕੰਮ ਆਉਣੇ ਨੇ ਜੀ। ਅਤੇ ਪੂਰੀ ਦੀ ਪੂਰੀ ਵੀਡੀਓ ਦੇਖਿਓ, ਅਤੇ ਅੱਗੇ ਵੱਧ ਤੋਂ ਵੱਧ ਦੋਸਤਾਂ ਮਿੱਤਰਾਂ ਨਾਲ ਸਾਂਝ ਬਣਾਇਓ, ਤਾਂ ਜੋ ਅਸੀਂ ਅੱਗੇ ਵੱਧ ਤੋਂ ਵੱਧ ਇਸ ਤਰ੍ਹਾਂ ਦੀ ਵੀਡੀਓ ਲੈ ਕੇ ਆਉਂਦੇ ਰਹੀਏ ਤੁਹਾਡੇ ਨਾਲ। ਅਤੇ ਹਾਂਜੀ, ਅਖੀਰ 'ਤੇ ਜ਼ਰੂਰ ਫਿਰ ਉਹੀ ਨੂੰ ਬੇਨਤੀ ਕਹਿ ਲਓ, ਪੰਜਾਬੀ ਦੇ ਵਿੱਚ ਜਿਵੇਂ ਆਪਾਂ ਕਹਿੰਦੇ ਹਾਂ ਕਿ ਹੱਲਾਸ਼ੇਰੀ ਹੁੰਦੀ ਹੈ ਇੱਕ, ਜਿੰਨਾ ਤੁਸੀਂ ਵੱਧ ਤੋਂ ਵੱਧ ਸਾਡੇ ਇਸ ਚੈਨਲ ਨੂੰ ਤੁਸੀਂ ਮਤਲਬ ਸਾਥ ਦੇਵੋਗੇ, ਅਤੇ ਸਾਡਾ ਵੀ ਹੌਸਲਾ ਹੋਵੇਗਾ ਕਿ ਅਸੀਂ ਨਵੀਂ ਤੋਂ ਨਵੀਂ ਕੋਈ ਢੰਗ ਲੈ ਕੇ ਆਈਏ ਤੁਹਾਡੇ ਯਾਦ ਕਰਾਉਣ ਦਾ। ਅਤੇ ਫਿਲਹਾਲ ਅੱਜ ਲਈ ਇੰਨਾ ਹੀ ਕਾਫੀ ਆ, ਧੰਨਵਾਦ ਜੀ, ਰੱਬ ਰਾਖਾ।